ਕਰ ਦਈਏ ਸ਼ੁਰੂ ਸਾਰੇ ਠੀਕ ਹੈ। ਸੱਚ ਔਰ ਯਥਾਰਥ ਦੇ ਧਰਾਤਲ ਦੇ ਉੱਤੇ ਖੜੇ ਹੋ ਕੇ ਇੱਕੋ ਚੀਜ਼ ਸਿੱਖੀ ਕਿ ਜਦੋਂ ਸਰਕਾਰ ਚੱਲਦੀ ਹੈ ਤਾਂ ਕਲੈਕਟਿਵ ਰਿਸਪੋਂਸੀਬਿਲਿਟੀ ਹੁੰਦੀ ਹੈ, ਸਾਰਿਆਂ ਦੀ ਰਿਸਪੋਂਸੀਬਿਲਿਟੀ ਮਿਲ ਜੁਲ ਕੇ ਹੁੰਦੀ ਹੈ। ਪਰ ਕਿਉਂਕਿ ਇੱਕ ਵਾਰ ਨਹੀਂ, ਇਹ ਸੱਤਵੀਂ ਅੱਠਵੀਂ ਵਾਰ ਹੈ ਕਿ ਇਕੱਲਾ ਸਿੱਧੂ ਕੱਢਿਆ ਜਾਂਦਾ ਔਰ ਉਹੀ 1, 2, 3, 4, 5, 6 ਮੇਰੇ ਭਰਾ ਨੇ, ਉਹੀ ਗੱਲਾਂ ਹੁੰਦੀਆਂ ਨੇ ਅਤੇ ਮੇਰੇ ਵੱਲੋਂ ਉਹਨਾਂ ਦੇ ਖਿਲਾਫ ਅੱਜ ਤੱਕ ਇੱਕ ਸ਼ਬਦ ਨਹੀਂ ਨਿਕਲਿਆ। ਐਤਕੀ ਵੀ ਹੋਇਆ, ਲੇਕਿਨ ਐਤਕੀ ਗੱਲ ਕੁਛ ਬਾਹਲੀ ਜ਼ਿਆਦਾ ਅੱਗੇ ਦੀ ਚਲੀ ਗਈ ਔਰ ਉਸ ਕਲੈਕਟਿਵ ਰਿਸਪੋਂਸੀਬਿਲਿਟੀ 'ਚੋਂ ਇਕੱਲਾ 50 ਡਿਪਾਰਟਮੈਂਟ 'ਚੋਂ ਸਿੱਧੂ ਦਾ ਡਿਪਾਰਟਮੈਂਟ ਅੱਗੇ ਲਿਆ ਕੇ ਖੜਾ ਕਰ ਦਿੱਤਾ ਗਿਆ। ਮੈਂ ਅੱਜ ਤੱਕ ਨਹੀਂ ਸੁਣਿਆ ਵੀ ਸਰਕਾਰ ਦੇ ਵਿੱਚ ਕਦੇ ਇੱਕ ਬੰਦੇ ਦੇ ਉੱਤੇ ਉਂਗਲ ਉੱਠੀ ਹੋਵੇ। ਚਲੋ ਜੇ ਉਂਗਲ ਉੱਠੀ ਹੈ ਮਾਂ ਬਦੌਲਤ ਨੇ, ਅਸੀਂ ਕੀ ਕਹਿ ਸਕਦੇ ਹਾਂ, ਸੁਣਨੀ ਪੈਣੀ। ਮੈਂ ਆਪਣੇ ਡਿਪਾਰਟਮੈਂਟ ਦਾ ਬਿਊਰਾ ਦੇਣ ਲੱਗਾ। ਜਿੱਦਣ ਇਹ ਡਿਪਾਰਟਮੈਂਟ ਮੈਂ ਲਿਆ ਸੀ, ਇਟ ਵਾਜ਼ ਲਾਈਕ ਅ ਰਡਰਲੈਸ ਸ਼ਿਪ, ਬਿਨਾਂ ਪਤਵਾਰ ਦੇ ਜਹਾਜ਼ ਹੁੰਦਾ ਨਾ ਜਿਵੇਂ ਹੈਡਲੈਸ ਚਿਕਨ, ਕੱਖ ਨਹੀਂ ਸੀ ਸਵਾਏ CLUਆਂ ਦੇ, LDPਆਂ ਦੇ। ਇਸ ਡਿਪਾਰਟਮੈਂਟ 'ਚ ਕੁਛ ਨਹੀਂ ਸੀ ਹੁੰਦਾ, ਠੀਕ ਹੈ। 5 ਪੈਸੇ ਨਹੀਂ ਸੀ ਡਿਪਾਰਟਮੈਂਟ ਕੋਲ, ਸਿਰਫ ਤਨਖਾਹਾਂ ਹੀ ਦਿੱਤੀਆਂ ਜਾਂਦੀਆਂ। ਨਾ ਕਿਸੇ ਨੇ ਪਿਛਲੇ 25, 30, 40 ਸਾਲਾਂ ਦੇ ਵਿੱਚ ਵਿਜ਼ਨ ਦਿੱਤੀ ਸੀ, ਨਾ ਕੋਈ ਅਕਾਊਂਟੇਬਿਲਿਟੀ ਸੀ, ਨਾ ਹੀ ਕੋਈ ਕਿਸੇ ਨੂੰ ਸਵਾਲ ਪੁੱਛਦਾ ਸੀ। ਪਿਛਲੇ 2 ਸਾਲਾਂ 'ਚ ਟਾਈਮ ਬਾਊਂਡ ਵਿਜ਼ਨ ਹੈ, ਆ ਤੁਹਾਡੇ ਹੱਥ 'ਚ ਪੜ੍ਹਾਈ ਹੈ, ਹਲੇ ਇਹਦੀ ਪ੍ਰੋਗਰੈਸ ਰਿਪੋਰਟ ਮੈਂ ਲਈ ਨਹੀਂ। ਇਹ ਉਹ ਡਿਪਾਰਟਮੈਂਟ ਹੈ ਜਿਹਦੇ ਕੋਲ ਪੰਜੀ ਨਹੀਂ ਸੀ ਹੁੰਦੀ ਵਿਕਾਸ ਦੇ ਲਈ। ਅੱਜ ਜਿੰਨੇ 5-6 ਹਜ਼ਾਰ ਕਰੋੜ ਰੁਪਏ ਦੇ ਕੰਮ ਅਨਾਊਂਸ ਹੁੰਦੇ ਆ ਨਾ, ਉਹ ਸਾਰੇ ਇਸ ਡਿਪਾਰਟਮੈਂਟ ਦੇ ਨੇ, ਚਾਹੇ ਉਹ ਅੰਮ੍ਰਿਤ ਦੇ, ਚਾਹੇ ਉਹ ਪਾਣੀ ਦੇ, ਪੀਣ ਵਾਲੇ ਪਾਣੀ ਦੇ, ਚਾਹੇ ਉਹ ਸਮਾਰਟ ਸਿਟੀਜ਼ ਦੇ। ਪਿਛਲੀ ਸਰਕਾਰ 'ਚ ਇਹ ਵੇਖ ਲਓ ਕਿ 2 ਸਾਲਾਂ 'ਚ ਅੰਮ੍ਰਿਤ ਦਾ ਕਿਸੇ ਨੇ 50 ਪਾਈ ਹੋਵੇ। ਜੇ ਤੁਸੀਂ 30 ਪੈਸੇ ਪਾਉਂਦੇ ਹੋ ਤਾਂ 70 ਪੈਸੇ ਦਿੰਦੀ ਹੈ ਸੈਂਟਰ ਦੀ ਸਰਕਾਰ, ਤੁਸੀਂ 50 ਪਾਉਂਦੇ ਹੋ ਤਾਂ ਰੁਪਈਆ ਦਿੰਦੀ ਹੈ, ਤੁਸੀਂ 50 ਕਰੋੜ ਦਿੰਦੇ ਹੋ ਤਾਂ ਉਹ 50 ਕਰੋੜ ਉਹ ਦਿੰਦੇ ਆ, ਠੀਕ ਹੈ। ਜੇ ਇੱਕ ਪ੍ਰੋਜੈਕਟ ਹਿੱਲਿਆ ਵੀ ਹੋਵੇ ਤਾਂ ਮੇਰਾ ਨਾਮ ਦੱਸ ਦਿਓ। ਚਲੋ ਅੰਮ੍ਰਿਤ ਦੇ ਵਿੱਚ 16 ਸ਼ਹਿਰ ਜਿਹਦੇ 'ਚ ਲੱਖ ਤੋਂ ਉੱਤੇ ਆਬਾਦੀ ਹੈ, ਕਿਹਦੀ ਲੱਖ ਹੈ, ਕਿਹਦੀ 3 ਲੱਖ ਹੈ, ਕਿਹਦੀ 5 ਲੱਖ ਹੈ, ਕਿਹਦੀ 6 ਲੱਖ ਹੈ, ਕਿਹਦੀ 7 ਲੱਖ ਹੈ, ਠੀਕ ਹੈ। ਅੱਧੇ ਪੰਜਾਬ ਤੋਂ ਉੱਤੇ ਹੈ ਉਹ, 4 ਕਾਰਪੋਰੇਸ਼ਨਾਂ ਨੂੰ ਮਿਲਾ ਕੇ 70% ਪੰਜਾਬ ਹੈ। ਅਨਲਿਮਿਟਿਡ ਫੰਡਸ ਨੇ ਅਨਾਊਂਸ ਕੀਤੇ ਹੋਏ ਨੇ, ਲੱਗਣਗੇ। ਕੋਈ ਇਹ ਥੋੜ੍ਹਾ ਨਾ ਸੀਗਾ ਵੀ ਮੇਰੇ ਕੋਲ ਕੋਈ ਜਾਦੂ ਹੀ ਛੜੀ ਸੀ। ਪਹਿਲੇ ਸਾਲ ਮੈਨੂੰ ਸੀ ਐਮ ਸਾਹਿਬ ਨੇ ਕਿਹਾ ਸੀ ਵੀ ਤੈਨੂੰ ਗ੍ਰਾਂਟ ਮਿਲੂਗੀ। ਮੈਂ ਕਿਹਾ ਜੀ ਇਹ ਇੰਨਾ ਪਹਿਲਾਂ ਸਾਨੂੰ ਇਕੱਠਾ ਆਉਂਦਾ ਸੀ, ਕਹਿੰਦੇ ਉਹਨਾਂ ਦਿੱਤਾ ਜਾਊਗਾ। ਮੈਂ ਕਿਹਾ ਠੀਕ ਹੈ ਜੀ, ਕੋਈ ਚੱਕਰ ਨਹੀਂ। ਉਹਦੇ ਨਾਲ ਤਨਖਾਹ ਹੀ ਦਿੱਤੀਆਂ ਜਾਂਦੀਆਂ ਸੀ। ਅੱਜ ਡਿਵੈਲਪਮੈਂਟ ਦੇ ਲਈ ਸਾਰੇ ਪਾਸਿਓਂ ਪੈਸੇ, ਹਰ ਪਾਸਿਓਂ ਪੈਸੇ ਨੇ। ਸੀਵਰੇਜ ਲੈ ਲਓ, ਵਾਟਰ ਸਪਲਾਈ ਲੈ ਲਓ, ਪੀਣ ਦਾ ਪਾਣੀ, ਸ਼ਹਿਰੀ ਪੀਣ ਦਾ ਪਾਣੀ, ਸਾਰੀਆਂ ਕਲੀਅਰੈਂਸਿਸ, ਇੱਕ ਇੱਕ ਚੀਜ਼। ਫਾਇਰ ਦਾ ਕਿਸੇ ਨੇ ਮਤਲਬ 90 ਕਰੋੜ 'ਚੋਂ 5 ਪੈਸੇ ਨਹੀਂ ਸੀ ਖਰਚੇ, ਪੈਸੇ ਨਹੀਂ ਸੀ ਖਰਚੇ, ਜਿੰਨੇ ਸੀ ਉਹ ਖਰਚ ਕੇ ਪ੍ਰੋਪਰ ਤਰੀਕੇ ਨਾਲ ਉਹਦਾ ਫਾਇਰ ਡਾਇਰੈਕਟੋਰੇਟ ਬਣਾਇਆ। ਐਡਵਰਟਾਈਜ਼ਮੈਂਟ, ਐਡਵਰਟਾਈਜ਼ਮੈਂਟ ਦੀ ਪੋਲਿਸੀ ਇਹ ਸੀ ਕਿ ਸਾਰਾ ਪੰਜਾਬ 164 ਸ਼ਹਿਰ 18 ਕਰੋੜ ਰੁਪਈਆ ਕਮਾਉਂਦੇ ਸੀ ਅਤੇ ਇਕੱਲਾ ਲੁਧਿਆਣਾ ਅੱਜ 34 ਕਰੋੜ ਹੈ, ਇਕੱਲਾ ਲੁਧਿਆਣਾ। ਬਾਕੀ ਸ਼ਹਿਰਾਂ ਦੇ ਟੈਂਡਰ ਹੋ ਰਹੇ ਨੇ।
34 ਕਰੋੜ ਕੱਲਾ ਲੁਧਿਆਣਾ, ਕੱਲਾ ਲੁਧਿਆਣਾ, ਸਮਝ ਨਹੀਂ। ਤੇ ਅੱਜ ਇੱਕ ਇੱਕ ਚੀਜ਼ ਦੀ ਵਿਜ਼ਨ ਹੈ ਮੈਂ ਤੁਹਾਡੇ ਹੱਥ ਦੇ ਵਿੱਚ ਦੇ ਦਿੱਤੀ ਹੈ। ਜਦੋਂ ਮੈਂ ਆਇਆ ਸੀ ਤੇ ਇੱਕ STP ਨਹੀਂ ਸੀ ਚੱਲਦਾ, ਜਿਹੜੇ STP ਸੀ ਚੱਲਦੇ ਸੀ ਸੀਵਰੇਜ ਟ੍ਰੀਟਮੈਂਟ ਪਲਾਂਟ, ਉਹ ਇੱਕ ਸੀਚੇਵਾਲ ਸਾਹਿਬ ਦਾ ਸੀ, ਇੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸੀ, ਤੇ ਇੱਕ ਨੰਗਲ ਚੱਲਦਾ ਸੀ, ਸਰਕਾਰੀ ਇੱਕ ਨਹੀਂ ਸੀ ਚੱਲਦਾ। ਅੱਜ ਦੇਖ ਲਓ ਕਿੰਨੇ ਚੱਲਦੇ ਆ, ਔਰ ਹੌਲੀ ਹੌਲੀ ਸਾਰੇ A to 1 ਸਾਰੇ ਚਲਾ ਦੂੰਗਾ। ਅੰਮ੍ਰਿਤ ਦੇ ਵਿੱਚ ਅਨਲਿਮਿਟਿਡ ਫੰਡਸ, ਸੀਵਰੇਜ ਦੇ ਵਿੱਚ ਕਰੀਬ 1700 ਕਰੋੜ ਰੁਪਈਆ, ਇੱਕ ਇੱਕ ਚੀਜ਼ ਮੇਰੇ ਵਿਜ਼ਨ ਦੀ। 3000 ਕਰੋੜ ਰੁਪਈਆ CM ਸਾਹਿਬ ਦਾ ਸੁਣਨਾ ਜੀ, ਇੱਕ ਇੱਕ ਪੈਸਾ ਲਿਆ ਕੇ ਅੱਜ ਉਹਦੀ ਫੰਡਿੰਗ ਪੂਰੀ ਤਿਆਰ ਖੜੀ ਹੈ ਔਰ ਉਹ ਪਾਈਪਾਂ ਜੁੜਨ ਨੂੰ ਤਿਆਰ ਖੜੀਆਂ ਨੇ। ਕੋਈ 30 ਸਾਲ ਦੀਆਂ ਕੁਰੀਤੀਆਂ ਇੰਨੀ ਛੇਤੀ ਦੂਰ ਕਰ ਦੂਗਾ? ਅਤੇ ਜੇ ਇਹ ਵਿਜ਼ਨ ਸੀਗੀ, ਮੈਂ ਕਿਸੇ 'ਤੇ ਉਂਗਲ ਨਹੀਂ ਚੁੱਕੀ, ਨਾ ਮੈਂ ਕਿਸੇ 'ਤੇ ਉਂਗਲ ਚੱਕਦਾ, ਸਮਝ ਨਹੀਂ। ਅਤੇ ਮੈਨੂੰ ਐਂ ਦੱਸ ਦਿਓ ਵੀ ਜਿਹੜੇ ਇਹ ਸਾਰੇ ਸ਼ਹਿਰ ਨੇ ਟੋਟਲ, ਇਹਨਾਂ ਦੇ ਵਿੱਚੋਂ 8 ਜਿਹੜੇ ਜਿੱਤੇ ਆ ਉੱਥੇ ਸ਼ਹਿਰ ਨਹੀਂ ਗਏ? ਅੰਮ੍ਰਿਤਸਰ 'ਚ ਸ਼ਹਿਰ ਨਹੀਂ, ਹਾਂਜੀ, ਇਹ ਅੰਮ੍ਰਿਤ ਟਾਊਨ ਵਾਲੇ ਸ਼ਹਿਰ ਨਹੀਂ, ਪਟਿਆਲਾ ਸ਼ਹਿਰ ਨਹੀਂ, ਹਾਂਜੀ, ਲੁਧਿਆਣਾ ਸ਼ਹਿਰ ਨਹੀਂ, ਜਿੱਥੇ ਅਨਾਊਂਸਮੈਂਟਾਂ ਹੋਈਆਂ ਨੇ ਉਹੀ ਰਿਜ਼ਲਟ ਹੈ। ਪਹਿਲਾਂ 65% ਸੀ, ਅੱਜ 63% ਹੈ, ਸਮਝ ਨਹੀਂ। ਲੇਕਿਨ ਕਿਉਂਕਿ ਇਸ ਕੁਲੈਕਟਿਵ ਰਿਸਪੋਂਸੀਬਿਲਿਟੀ 'ਚ ਮੈਨੂੰ ਕੱਢਿਆ ਗਿਆ, ਇਸ ਕਰਕੇ ਮੈਂ ਜਵਾਬ ਆਪਣੇ ਡਿਪਾਰਟਮੈਂਟ ਦੀ ਵਰਕਿੰਗ ਦਾ ਦੇਣਾ ਹੀ ਦੇਣਾ। ਕੀ ਗੱਲ, ਇਕੱਲਾ ਮੈਂ ਨਹੀਂ, ਮੇਰੇ ਡਿਪਾਰਟਮੈਂਟ 'ਚ ਮੇਅਰ ਬਣਾਏ ਗਏ ਨੇ, ਮੈਨੂੰ ਕਦੇ ਪੁੱਛਿਆ ਵੀ ਨਹੀਂ। ਔਰ ਉਹ ਮੇਅਰ CM ਸਾਹਿਬ ਨੇ ਬਣਾਇਆ ਜੀ ਸਦਕੇ, ਮਾਂ ਬਦੌਲਤ ਨੇ। ਜੋ ਕਰਨ ਅਸੀਂ ਤਾਂ ਕਦੇ ਕੁਐਸਚਨ ਕਰ ਹੀ ਨਹੀਂ ਸਕਦੇ, ਅਸੀਂ ਤਾਂ ਉਹਨਾਂ ਦੀ ਗੱਲ ਮੰਨਣੀ ਹੁੰਦੀ ਹੈ। ਉਹ ਮੇਅਰ ਉਹਨਾਂ ਦੇ ਨੇ, ਹਰ ਅਫਸਰ ਜਿਹੜਾ ਅਪੁਆਇੰਟ ਹੁੰਦਾ IAS ਉਹਨਾਂ ਦਾ, ਠੀਕ ਹੈ ਕਿ ਨਹੀਂ। ਜਿਹੜੀ ਮਰਜ਼ੀ ਜਦੋਂ ਮਰਜ਼ੀ ਫਾਈਲ ਬੁਲਾ ਕੇ ਮੈਨੂੰ ਪੁੱਛ ਸਕਦੇ ਸੀ, ਮੈਂ ਉਹਨਾਂ ਨੂੰ ਉਦੋਂ ਵੀ ਜਵਾਬ ਦਿੰਦਾ ਅਤੇ ਮੈਂ ਉਹਨਾਂ ਨੂੰ ਅੱਜ ਵੀ ਜਵਾਬ ਦਿੰਦਾ ਗੱਲ ਨੂੰ ਸਾਡੀ। ਇਹ ਤਾਂ ਮਤਲਬ ਓਪਨ ਟ੍ਰਾਂਸਪੇਰੈਂਟ ਹੈ, ਮੇਰਾ ਕੋਈ ਇਹੋ ਜਿਹੀ ਚੀਜ਼ ਨਹੀਂ ਇਹਦੇ 'ਚ, ਚਾਹੇ ਉਹ ਫਾਇਰ ਹੈ, ਚਾਹੇ ਉਹ STP ਨੇ, ਚਾਹੇ ਉਹ ਪੀਣ ਦਾ ਪਾਣੀ ਜਿਹੜਾ ਨਹਿਰੀ ਪਾਣੀ ਹੈ ਉਹਦੀ ਸੁਵਿਧਾ ਹੈ। ਲੇਕਿਨ ਅੱਜ ਸਾਡੇ ਕੋਲ ਉਸ ਕਗਾਰ 'ਤੇ ਆ ਕਿ ਸਾਡੇ ਕੋਲ ਸਰਪਲਸ ਫੰਡ ਆ ਆਫਟਰ 65। ਪਹਿਲਾਂ 66% ਰਿਜ਼ਲਟ ਸੀ, ਅੱਜ 62% ਰਿਜ਼ਲਟ ਹੈ। ਅਤੇ ਆਉਣ ਵਾਲਾ ਜਿਹੜਾ 3 ਸਾਲਾਂ ਦੇ ਵਿੱਚ ਇਹ ਪੈਸੇ ਜ਼ਮੀਨ ਦੇ ਉੱਤੇ ਲਵਾਉਣੇ, ਇਹ ਸਾਰਿਆਂ ਦਾ ਮਿਲ ਜੁਲ ਕੇ ਕੰਮ ਹੈ। ਮੈਂ ਤਾਂ ਕਦੇ ਕਿਸੇ 'ਤੇ ਉਂਗਲ ਚੁੱਕੀ ਨਹੀਂ, ਮੈਂ ਤਾਂ ਜਦੋਂ ਬਿਲਡਿੰਗਾਂ ਵੀ ਰੋਕਣ ਗਿਆ ਤਾਂ ਮੇਰਾ ਵਿਰੋਧ ਕਿਹਨੇ ਕੀਤਾ? ਮੈਂ ਤਾਂ ਉਦੋਂ ਵੀ ਕੁਛ ਨਹੀਂ ਬੋਲਿਆ, ਮੈਂ ਤਾਂ ਉਦੋਂ ਵੀ ਕਿਸੇ ਨੂੰ ਕੁਛ ਨਹੀਂ ਕਿਹਾ। ਨਹੀਂ, ਮੈਂ ਤਾਂ ਇੰਨੀ ਉਹ ਗੱਲ ਕਹਿਣਾ ਕਿ ਸਰਕਾਰ ਦੇ ਜਿਹੜੇ ਪੈਸੇ ਨੇ ਉਹ ਸਰਕਾਰੀ ਖਜ਼ਾਨੇ ਜਾਣੇ ਚਾਹੀਦੇ, ਔਰ ਇਸ ਗੱਲ 'ਤੇ ਮੈਂ ਅੱਜ ਵੀ ਖੜ੍ਹਾ। ਅਫਸਰਾਂ ਨੂੰ ਜਵਾਬਦੇਹੀ ਬਣਾਉਣ ਦੇ ਵਿੱਚ ਵੀ ਮੈਂ ਅੱਜ ਵੀ ਖੜ੍ਹਾ। ਮੈਨੂੰ ਇਹ ਦੱਸ ਦੇਣ ਕੰਪੈਰੀਜ਼ਨ ਦੇ ਵਿੱਚ ਵੀ ਇਹੋ ਜਿਹੀ ਵਿਜ਼ਨ ਕਿਸੇ ਹੋਰ ਦੀ ਹੋਵੇ, ਇਸ ਤਰ੍ਹਾਂ ਕਿਸੇ ਹੋਰ ਨੇ ਕੰਮ ਕੀਤਾ ਹੋਵੇ, ਇਸ ਤਰ੍ਹਾਂ ਪਾਰਦਰਸ਼ਿਤਾ ਦੇ ਨਾਲ, ਟ੍ਰਾਂਸਪੇਰੈਂਸੀ ਦੇ ਨਾਲ ਕਿਸੇ ਨੇ ਕੰਮ ਕੀਤਾ ਹੋਵੇ। ਇੱਕ ਚੀਜ਼ ਨਹੀਂ ਹੈ, ਮਤਲਬ ਇਹਦੇ 'ਚ ਸਾਰੀਆਂ ਚੀਜ਼ਾਂ ਦਾ ਟੋਟਲ ਪਲੈਨ ਹੈ। ਅੱਜ ਇਹ 10% ਗੱਲ ਹੀ ਕਰਨੀ ਹੈ, ਉਹ ਜੋਰ ਨਿਰਣਾ ਲੈਣਾ ਚਾਹੁਣ ਉਹਨਾਂ ਦੀ ਮਰਜ਼ੀ, ਇਸ ਤੋਂ ਵੱਧ ਕੁਛ ਨਹੀਂ ਕਹਿਣਾ। ਇਹ ਤੁਸੀਂ ਅਸੈਸ ਕਰ ਲਈਓ, ਡਿਵੈਲਪਮੈਂਟ ਰਿਪੋਰਟ ਫਿਰ ਮੈਂ ਜਾਰੀ ਕਰ ਦੂੰਗਾ ਆਪਣੇ ਡਿਪਾਰਟਮੈਂਟ ਦੀ। ਮੈਨੂੰ ਇਹ ਦੱਸ ਦੇਣ ਵੀ ਇਸ ਡਿਪਾਰਟਮੈਂਟ 'ਚ 25 ਸੀ, 16 ਅੰਮ੍ਰਿਤ ਦੇ ਸ਼ਹਿਰਾਂ ਦੇ ਲਈ 25 ਸੀ, ਸਮਾਰਟ ਸਿਟੀਆਂ ਲਈ 25 ਸੀ, ਜਿਹੜਾ ਪੀਣ ਦਾ ਪਾਣੀ, ਜਿਹੜਾ ਪੀਣ ਦਾ ਪਾਣੀ ਜਿਹੜਾ ਅੱਜ ਸਾਰੀਆਂ ਕਲੀਅਰੈਂਸਿਸ ਹੋ ਗਈਆਂ, ਜਿਹੜਾ ਨਹਿਰਾਂ ਦਾ ਅੱਜ ਅਸੀਂ ਸ਼ਹਿਰਾਂ ਨੂੰ ਦੇਣ ਲੱਗੇ ਹਾਂ, ਉਹ ਕਿੱਥੋਂ ਆਇਆ?
ਜਿੱਥੇ 25 ਪੈਸੇ ਪੈਣੇ ਸੀ ਸਿੱਧੂ ਨੇ 25 ਪੈਸੇ ਪਾਏ, ਜਿੱਥੇ 30 ਪੈਸੇ ਪੈਣੇ ਸੀ ਉੱਥੇ 30 ਪਾਏ, ਵਰਲਡ ਬੈਂਕ ਤੋਂ ਲੈ ਕੇ ਇੱਕ ਇੱਕ ਚੀਜ਼ ਨਾਲ ਲਿਆ ਕੇ ਖੜੀ ਕੀਤੀ। ਲੇਕਿਨ ਮੈਂ ਤਾਂ ਕਦੇ ਕਿਸੇ 'ਤੇ ਉਂਗਲ ਚੁੱਕੀ ਨਹੀਂ, ਨਾ ਮੈਂ ਕਦੇ ਸ਼ਿਕਾਇਤ ਕੀਤੀ, ਨਾ ਹੀ ਮੇਰੀ ਫਿਤਰਤ ਹੈ। ਚਲੋ ਜੇ ਕੋਈ ਉਹਨਾਂ ਨੂੰ ਇਹ ਲੱਗਦਾ ਹੈ ਇਹੋ ਜਿਹੀ ਗੱਲ ਹੈ ਤਾਂ ਉਹ ਉਹਨਾਂ ਦੀ ਮਰਜ਼ੀ ਹੈ, ਮਾਂ ਬਦੌਲਤ ਨੂੰ। ਹੋਰ ਕੋਈ ਸਵਾਲ ਕਰਨਾ ਹੋਵੇ? ਮੈਂ ਕਿਹਾ 50 ਡਿਪਾਰਟਮੈਂਟ ਨੇ ਭਾਈ, ਮੈਂ ਇਹ ਕੋਈ ਨਵਾਂ ਤਾਂ ਨਹੀਂ ਹੈ, ਇਹ ਅੱਜ ਪਹਿਲੀ ਵਾਰ ਹੋਇਆ। ਮੈਨੂੰ ਐਂ ਦੱਸ ਨਾ, ਇਹ ਕੋਈ ਪਹਿਲੀ ਵਾਰ ਹੋਇਆ? ਮੇਰੇ ਕੋਰਟ ਕੇਸ ਵੇਲੇ ਹੋਇਆ, ਠੀਕ ਹੈ, ਜਦੋਂ ਕਰਤਾਰਪੁਰ ਸਾਹਿਬ ਵਾਲਾ ਕੋਰੀਡੋਰ ਹੋਇਆ ਉਦੋਂ ਹੋਇਆ। ਉਹੀ ਬੰਦੇ ਉਸ ਤਰ੍ਹਾਂ ਹੀ ਬੋਲਦੇ ਆ, ਠੀਕ ਹੈ। ਮੇਰੇ ਭਰਾ ਨੇ, ਮੈਂ ਤਾਂ ਕਦੇ ਨਹੀਂ ਬੋਲਿਆ, ਮੈਂ ਤਾਂ ਕਦੇ, ਅੱਜ ਤੱਕ ਦੱਸ ਦਿਓ ਵੀ ਮੈਂ ਕਾਂਗਰਸ ਦੇ ਕਿਸੇ ਇੱਕ ਵਰਕਰ ਦੇ ਖਿਲਾਫ਼ ਵੀ ਬੋਲਿਆ ਹੋਵਾਂ? ਮੈਨੂੰ ਤਾਂ ਗਾਲਾਂ ਵੀ ਕਢਾਈਆਂ ਜਾਂਦੀਆਂ ਬਾਈ। ਮੇਰੀ ਗੱਲ ਨੂੰ ਸੁਣੋ ਨਾ, ਇਹ ਤਾਂ ਉਹ ਜਵਾਬ ਦੇ ਸਕਦੇ ਆ ਨਾ। ਮੈਨੂੰ ਇੱਕ ਗੱਲ ਦੱਸੋ, ਉਹੀ ਨੇ 6-7 ਬੰਦੇ, ਠੀਕ ਹੈ, ਔਰ ਹਮੇਸ਼ਾ ਤੋਂ ਉਹੀ ਚੱਲਿਆ ਆਉਂਦਾ। ਮੈਂ ਬੋਲਿਆ ਕਦੇ? ਮੈਂ ਉਹਨਾਂ ਦੇ ਬਾਰੇ ਬੋਲਿਆ, ਕਿਸੇ ਦੇ ਬਾਰੇ ਬੋਲਿਆ? ਕਾਂਗਰਸ ਦੇ ਕਿਸੇ ਵੀ ਵਰਕਰ ਦੇ ਬਾਰੇ ਬੋਲਿਆ? ਮੈਂ ਕਿਹਾ ਮੇਰੀ ਇੱਕ ਗੱਲ ਨੂੰ ਸੁਣੋ, ਮੈਂ ਇੱਕ ਗੱਲ ਉਦੋਂ ਜਿਹੜੀ ਗੱਲ ਕਹੀ ਹੈ ਉਹਦੇ 'ਚ ਮੈਨੂੰ ਇੱਕ ਗੱਲ ਦੱਸੋ, ਕਿਸੇ ਦਾ ਨਾਂ ਲਿਆ? ਮੈਂ ਕਿਹਾ ਭਾਈ ਜਿਹੜੇ ਕਾਂਗਰਸ ਦੀ ਪਿੱਠ 'ਚ ਛੁਰਾ ਫੂਕਦੇ ਹੈ ਉਹਨਾਂ ਨੂੰ ਠੋਕ ਦਿਓ, ਕੀ ਗਲਤ ਹੈ ਭਾਈ? ਮੈਂ ਕਿਸੇ ਦਾ ਨਾਂ ਲਿਆ? ਕਿਹਨੂੰ ਕਿਹਾ? ਅਤੇ ਜੇ ਕਿਸੇ ਨੂੰ, ਮੈਂ ਕਹਿੰਦਾ ਜੇ ਮੈਂ ਆਪਣੇ ਕਿਸੇ ਵੀ ਸਟੈਂਡ ਤੋਂ 1 ਇੰਚ ਪਿੱਛੇ ਹੋਵਾਂ ਤਾਂ ਫਿਰ ਮੈਂ ਨਵਜੋਤ ਸਿੰਘ ਸਿੱਧੂ ਨੂੰ। ਮੇਰੀ ਗੱਲ ਨੂੰ ਸੁਣੋ ਨਾ, ਕੀ ਕਿਹਾ ਮੈਨੂੰ, ਕਿ ਸਮਝਾ ਦਿਓ ਵੀ ਭਾਈ ਕਿਸੇ ਦਾ ਨਾਂ ਲਿਆ, ਕਿਸੇ ਦਾ ਨਾਂ ਲੈ ਕੇ ਕਿਹਾ? 1000 ਬੰਦਿਆਂ ਨੇ ਕਿਹਾ ਹੋਣਾ? ਨਹੀਂ, ਮੇਰੀ ਗੱਲ ਨੂੰ ਸੁਣੋ, ਮੈਂ ਜੋ ਮੈਂ ਗੱਲ ਕਹੀ ਹੈ ਤੁਸੀਂ ਮੈਨੂੰ ਇਹ ਦੱਸ ਦਿਓ ਵੀ ਕਿਸੇ ਦਾ ਨਾਂ ਲਿਆ ਹੋਵੇ ਜਾਂ ਕਿਸੇ ਨੂੰ ਮੈਂ ਕਿਸੇ ਨੂੰ ਨਾਮ ਲੈ ਕੇ ਕਿਹਾ ਹੋਵੇ। ਜੋ ਮੈਂ ਪਹਿਲਾਂ ਕਹਿੰਦਾ ਰਿਹਾ ਉਹੀ ਮੈਂ ਹੁਣ ਕਿਹਾ, ਕਿ ਪਹਿਲਾਂ ਮੈਂ ਨਹੀਂ ਕਿਹਾ ਇਹ, ਜਾਂ ਤਾਂ ਇਹ ਕਹਿ ਦਿਓ ਕਿ ਪਹਿਲਾਂ ਮੈਂ ਕਦੇ ਇਹ ਗੱਲਾਂ ਨਹੀਂ ਕੀਤੀਆਂ। ਮੈਂ ਪਹਿਲਾਂ ਵੀ ਇਹ ਗੱਲਾਂ ਕੀਤੀਆਂ, ਹਮੇਸ਼ਾ ਹੀ ਗੱਲਾਂ ਇਹ ਕੀਤੀਆਂ, ਕਿੱਥੇ ਨਹੀਂ ਕੀਤੀਆਂ। ਦੇਖੋ ਇਹ ਗੱਲ, ਦੇਖੋ ਇਹ ਗੱਲ ਨੂੰ ਸੁਣੋ, ਮੇਰੀ ਗੱਲ ਨੂੰ ਸੁਣੋ, ਪਾਰਟੀ ਦਾ ਵਿਸ਼ਾ ਹੈ, ਵੱਡਿਆਂ ਦਾ ਵਿਸ਼ਾ ਹੈ। ਨਹੀਂ, ਮੈਂ ਬਿਲਕੁਲ ਨਹੀਂ ਸੀਨੀਅਰ। ਮੈਂ ਕਦ ਕਿਹਾ ਵੀ ਮੈਂ ਸੀਨੀਅਰ ਹਾਂ? ਮੈਂ ਤਾਂ ਕਦੇ ਨਹੀਂ ਕਿਹਾ। ਇਹ ਤਾਂ ਉਹਨਾਂ ਦੇ ਉੱਤੇ ਹੈ, ਸ਼ਤਰੰਜ ਦੀ ਬਿਸਾਦ ਵਿਛੀ ਹੋਵੇ ਤੇ ਪਿਆਦਾ ਆਪਣੀ ਔਕਾਤ ਭੁੱਲ ਜੇ, ਕਾਕਾ ਕੁਛ ਲੈ ਜਾਂਦਾ। ਚਾਲੀ ਸਾਲਾਂ ਚ ਬਠਿੰਡਾ ਕਦ ਜਿੱਤਿਆ ਦੱਸ, ਤੂੰ ਦੱਸ ਦੇ ਤੁਸੀਂ। 40 ਠਹਿਰ ਨਾ ਯਾਰ, ਤੂੰ ਠਹਿਰ ਠਹਿਰ, 40 ਸਾਲਾਂ ਚ ਬਠਿੰਡਾ ਕਦ ਜਿੱਤਿਆ? ਬਾਦਲ ਸਾਹਮਣੇ ਹੋਣ ਔਰ 40 ਸਾਲਾਂ ਚ ਬਠਿੰਡਾ ਕਦ ਜਿੱਤਿਆ? ਕੈਪਟਨ ਸਾਹਿਬ ਵੀ ਲੜੇ, ਐਤਕੀ ਸਭ ਤੋਂ ਘੱਟ ਲੀਡ ਆਈ 19-20 ਹਜ਼ਾਰ ਦੇ ਉੱਤੇ। ਕੈਪਟਨ ਸਾਹਿਬ ਲੰਬੀ ਤੋਂ ਲੜੇ 25 ਹਜ਼ਾਰ ਤੇ ਹਰੇ, ਇਕੱਲੇ ਇੱਕ ਹਲਕੇ ਚੋਂ ਕੈਪਟਨ ਸਾਹਿਬ ਦਾ ਮੁੰਡਾ ਲੜਿਆ 1,20,000 ਤੇ ਉਹ ਹਰਿਆ। ਇਹ 'ਚ ਇਕੱਲਾ ਨਵਜੋਤ ਸਿੱਧੂ ਜ਼ਿੰਮੇਵਾਰ ਹੋ ਗਿਆ? ਅਤੇ ਨਵਜੋਤ ਸਿੰਘ ਸਿੱਧੂ ਦੀ ਗੱਲ ਦਾ ਅਸਰ ਹੋਰ ਸੀਟਾਂ 'ਤੇ ਨਹੀਂ ਗਿਆ? ਅਤੇ ਫਿਰ ਉਹ 8 ਕਿਵੇਂ ਜਿੱਤ ਗਈਆਂ? ਅਤੇ ਜਦੋਂ ਪਿਛਲੀ ਵਾਰ ਆਇਆ ਸੀ ਘਰੋਂ ਲੈ ਕੇ ਆਇਆ ਸੀ, ਮੈਂ ਤਾਂ ਉਦੋਂ ਵੀ ਆਪਣੀ ਵਾਈਫ ਨੂੰ ਭੇਜਿਆ ਸੀ, ਮੈਂ ਤਾਂ ਆਉਂਦਾ ਹੀ ਨਹੀਂ ਸੀ। ਹੈਂ, 70 ਗੇੜੇ ਪ੍ਰਸ਼ਾਂਤ ਕਿਸ਼ੋਰ ਨੇ ਮਾਰੇ, ਇਹਨਾਂ ਨੇ ਕਿਹਾ ਯੂ ਵਿਲ ਬੀ ਲਾਈਕ ਮਾਈ ਸਨ। ਇਹ ਤਾਂ ਇਹਨਾਂ ਨੂੰ ਪਤਾ ਹੋਣਾ ਵੀ ਮੈਂ ਸਨ ਹਾਂ ਜਾਂ ਨਹੀਂ ਹਾਂ, ਤੇ ਮੇਰੇ ਤਾਂ ਵੱਡੇ ਆ। ਮੈਂ ਤਾਂ ਕਦੇ ਉਹਨਾਂ ਦੇ ਖਿਲਾਫ਼ ਕਦੇ ਇੱਕ ਸ਼ਬਦ ਬੋਲਿਆ ਹੋਵੇ ਤਾਂ ਮੈਨੂੰ ਦੱਸੋ, ਠੀਕ ਹੈ ਕਿ ਨਹੀਂ? ਚਲੋ ਇਹ ਤਾਂ ਉਹ ਜਾਣ, ਠੀਕ ਹੈ। ਉਦੋਂ 63 ਸੀਟਾਂ, ਉਦੋਂ ਮੈਂ 55 ਸੀਟਾਂ 'ਤੇ ਗਿਆ ਸੀ, 53 ਜਿੱਤੀਆਂ ਸੀ, 3 ਸਟੇਟਾਂ 'ਚ ਗਿਆ ਸੀ, 85% ਰਿਜ਼ਲਟ ਸੀ, ਉਦੋਂ ਕੋਈ ਬੋਲਿਆ ਨਹੀਂ। ਪੁਰਾਣੀਆਂ ਗੱਲਾਂ ਨੇ ਉਹ, ਉਸ ਤੋਂ ਬਾਅਦ ਤਾਂ ਆਹ ਜਿੱਤ ਚੁੱਕੇ ਆ। ਹਾਂਜੀ, ਨਹੀਂ ਮੇਰੀ ਗੱਲ ਸੁਣ ਲੈਣਾ ਛੋਟੇ ਭਾਈ।
ਦੇਖੋ ਜੇ ਸੀਐਮ ਸਾਹਿਬ ਨੇ ਇਹ ਕਿਹਾ ਸੀ ਕਿ ਭਾਈ ਜਿਹੜੇ ਮੰਤਰੀ ਲੂਜ਼ ਕਰਨਗੇ ਤੇ ਉਹਦੇ ਚ ਮੈਂ ਤੇ ਕਦੇ ਉਹਦੇ ਚ ਕੋਈ ਟਿੱਪਣੀ ਨਹੀਂ ਦਿੱਤੀ। ਮੇਰਾ ਹਲਕਾ 11,000 ਦੀ ਦਿੱਤੀ। ਭਾਈ ਇਹ ਸੀਐਮ ਸਾਹਿਬ ਆਪ ਦੱਸ ਸਕਦੇ, ਮੇਰੇ ਵੱਡੇ ਨੇ, ਜੋ ਉਹਨਾਂ ਦਾ ਫੈਸਲਾ ਉਹਨਾਂ ਨਾਲ ਕਰਾਂਗੇ। ਨਹੀਂ, ਮੇਰੇ ਬਿਨਾਂ ਪੁੱਛੇ ਦੀ ਗੱਲ ਨਹੀਂ, ਉਹਨਾਂ ਨੇ ਸੋਚਿਆ ਵੀ ਇਹਨੂੰ ਪੁੱਛਣ ਦੀ ਲੋੜ ਨਹੀਂ। ਗੱਲ ਠੀਕ ਹੈ ਭਾਈ, ਮੇਰੀ ਗੱਲ ਨੂੰ ਸੁਣੋ। ਮੈਂ ਤਾਂ ਕਿਹਾ ਕਿ ਇਕੱਲਾ ਮੈਂ ਹੀ ਹਾਂ ਇਹਨਾਂ ਪੰਜਾਹ ਇਹਨਾਂ ਸ਼ਹਿਰਾਂ ਦੇ ਵਿੱਚ, ਇਹਨਾਂ ਥਾਵਾਂ ਦੇ ਉੱਤੇ 50 ਡਿਪਾਰਟਮੈਂਟ ਹੋ ਰਹੇ ਹੀ ਨਹੀਂ। ਦੇਖੋ ਕਲੈਕਟਿਵ ਰਿਸਪੋਂਸੀਬਿਲਟੀ ਚੋਂ ਇਕੱਲਾ ਸਿੱਧੂ ਬਾਹਰ ਕੱਢਿਆ ਜਾਂਦਾ ਹਮੇਸ਼ਾ, ਇਕੱਲੇ ਸਿੱਧੂ ਦੇ ਖਿਲਾਫ ਹੀ ਬੋਲਿਆ ਜਾਂਦਾ। ਕਿਉਂ, ਇਹਦਾ ਜਵਾਬ ਮੈਂ ਨਹੀਂ ਦੇ ਸਕਦਾ, ਲੇਕਿਨ ਮੈਂ ਇਹਦਾ ਮਤਲਬ ਇਹ ਨਹੀਂ ਵੀ ਮੈਂ ਜਾ ਕੇ ਉਹੀ ਕੰਮ ਕਰੂੰਗਾ, ਬਿਲਕੁਲ ਨਹੀਂ। ਮੈਂ ਪਹਿਲਾਂ ਵੀ ਨਹੀਂ ਬੋਲਿਆ, ਅੱਜ ਵੀ ਨਹੀਂ ਬੋਲਦਾ। ਨਹੀਂ, ਜਵਾਬ ਮੈਂ ਆਪਣੇ ਡਿਪਾਰਟਮੈਂਟ ਦੀ ਕਾਰਗੁਜ਼ਾਰੀ ਦਾ ਜਵਾਬ ਮੈਂ ਪੰਜਾਬ ਨੂੰ ਜਵਾਬ ਦਈ ਹਾਂ। ਮੈਂ ਇਕੱਲਾ ਕੋਈ, ਇਹ ਤਾਂ ਨਹੀਂ ਆਇਆ। ਮੈਂ ਇੱਕ ਗੱਲ ਸੁਣ, ਟਵਿੱਟਰ ਦੇ ਉੱਤੇ ਕਿਸੇ ਦਾ ਨਾਂ ਲਿਖਿਆ? ਟਵਿੱਟਰ ਦੇ ਉੱਤੇ ਮੈਂ 1 ਕਰੋੜ 120 ਕਰੋੜ ਹਿੰਦੁਸਤਾਨੀਆਂ ਨੂੰ ਕਹਿੰਦਾ, ਹੈ ਕਹੇ 7 ਲੱਖ ਬੰਦੇ ਟਵਿੱਟਰ ਤੇ। ਮੈਂ 20 ਸਾਲ ਕ੍ਰਿਕਟ ਖੇਡੀ ਹੈ, 20 ਸਾਲ ਟੀਵੀ ਦੇ ਉੱਤੇ ਰਾਜ ਕੀਤਾ ਹੈ, 30-30 ਕਰੋੜ ਰੁਪਇਆ ਟੀਵੀ ਦੇ ਉੱਤੇ ਕਮਾਇਆ, ਅੱਜ ਪੰਜਾਬ ਲਈ ਖੜਾ ਤੇ ਖੜਾ, ਸਾਰੀ ਉਮਰ ਖੜਾ, 1 ਇੰਚ ਨਹੀਂ ਜਾਂਦਾ। ਉਹ ਆਪਣਾ ਨਿਰਣੇ ਲੈਣ, ਮੈਂ ਤੇ ਉਹਨਾਂ ਨੂੰ ਵੱਡਾ ਮੰਨਦਾ ਹਮੇਸ਼ਾ ਹੀ, ਤੇ ਉਹਨਾਂ ਦਾ ਨਿਰਣੇ ਸਿਰ ਮੱਥੇ, ਤੇ ਅਗਲਾ ਉਹ ਬਾਕੀ ਜੋ ਕੁਝ ਡਿਸੀਜਨ ਹੈ ਫਿਰ ਭਾਈ ਮੈਂ ਵੀ ਲਊਂ। ਸਿੱਧੂ ਸਾਹਿਬ, ਤੁਹਾਡੀ ਕੈਪਟਨ ਸਾਹਿਬ ਨਾਲ ਇਸ ਤੋਂ ਬਾਅਦ ਕੋਈ ਫੋਨ ਤੇ ਇਸ ਤੋਂ ਪਹਿਲਾਂ? ਨਹੀਂ, ਮੇਰੀ ਉਹਨਾਂ ਨਾਲ ਕੋਈ ਗੱਲ ਨਹੀਂ। ਮੇਰੀ ਉਹਨਾਂ ਨਾਲ ਕੋਈ ਗੱਲ ਨਹੀਂ। ਜੇ ਕੋਈ ਡਿਪਾਰਟਮੈਂਟ ਬਦਲਿਆ ਜਾਂਦਾ ਤਾਂ ਤੁਹਾਡਾ ਨੈਕਸਟ ਸਟੈਪ ਕੀ ਹੋਵੇਗਾ? ਰਿਪੋਰਟ ਕਰੋਗੇ ਤੇ ਮੰਨੋਗੇ? ਇਹ ਹੁਣ ਤੂੰ ਸ਼ਬਦ ਪਾਏਗਾ ਮਿੱਤਰਾ ਮੇਰੇ ਮੂੰਹ ਚੋਂ। ਰਹੇ ਦੇਖੋ ਭਾਈ, ਮੇਰੀ ਗੱਲ ਸੁਣ, ਜਿੰਨੀ ਗੱਲ ਮੈਂ ਕਰਨੀ ਸੀ ਮੈਂ ਨਹੀਂ ਕਰਤੀ, ਉਦੋਂ ਦੀ ਉਦੋਂ ਦੇਖਾਂ। ਭਾਈ, ਇਟ ਇਜ਼ ਅਪ ਟੂ ਹਿਮ। ਆਈ ਹੈਵ ਐਕਸਪਲੇਨਡ ਇਟ ਟੂ ਦਾ ਪੀਪਲ ਆਫ ਪੰਜਾਬ ਦੈਟ ਦਿਸ ਇਜ਼ ਵਾਟ ਆਈਵ ਡਨ, ਵੈਦਰ ਇਟ ਇਜ਼ ਫਾਇਰ, ਵੈਦਰ ਇਟ ਇਜ਼ ਦੀ ਫਾਇਰ ਡਿਪਾਰਟਮੈਂਟ, ਵੈਦਰ ਇਟ ਇਜ਼ ਦੀ ਵਾਟਰ ਡਿਪਾਰਟਮੈਂਟ, ਵੈਦਰ ਇਟ ਇਜ਼ ਦਾ ਸੀਵੇਜ ਡਿਪਾਰਟਮੈਂਟ, ਵੈਦਰ ਇਟ ਇਜ਼ ਦੀ ਮਨੀਜ਼ ਦੈਟ ਹੈਵ ਕਮ ਇਨ, ਰਾਈਟ, ਵੈਦਰ ਇਟ ਇਜ਼ ਅਮਰੁਤ, ਵੈਦਰ ਇਟ ਇਜ਼ ਦਾ ਸਮਾਰਟ ਸਿਟੀਜ਼। ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਅੱਜ ਵੀ ਦੱਸ ਰਿਹਾ, ਇੱਕ ਚੀਜ਼ ਚੱਲਦੀ ਹੁੰਦੀ, ਇੱਕ ਚੀਜ਼ ਇਸ ਡਿਪਾਰਟਮੈਂਟ 'ਚ, ਸਮਾਰਟ ਸਿਟੀ ਨੂੰ 150 ਕਰੋੜ ਆਇਆ ਸੀ, 5 ਪੈਸੇ ਨਹੀਂ ਪਏ ਆਪਦੇ ਅੰਮ੍ਰਿਤ ਦੇ ਵਿੱਚੋਂ, ਇੱਕ ਸਕੀਮ ਨਹੀਂ ਚੱਲੀ, ਰਾਈਟ, ਸਮਾਰਟ ਸਿਟੀਜ਼ ਤੋਂ ਲੈ ਕੇ ਥੱਲੇ ਤੱਕ ਸੀਵਰੇਜ, ਠੀਕ ਹੈ। ਮੈਂ ਤਾਂ ਕਦੇ ਕੋਈ ਸ਼ਿਕਾਇਤ ਨਹੀਂ ਕੀਤੀ, ਨਿਰਣੇ ਉਹਨਾਂ ਦੇ ਨੇ, ਮੈਨੂੰ ਪਹਿਲਾਂ ਕਹਿ ਦਿੰਦੇ ਮੈਂ ਪਹਿਲਾਂ ਜਵਾਬ ਦੇ ਦਿੰਦਾ। ਅੱਜ ਉਹਨਾਂ ਨੇ ਇਕੱਲੇ ਨੂੰ, ਮਤਲਬ 60 ਡਿਪਾਰਟਮੈਂਟ 50 ਡਿਪਾਰਟਮੈਂਟਾਂ 'ਚੋਂ ਇਕੱਲੇ ਨੂੰ ਕੱਢਿਆ, ਅਤੇ ਮੈਂ ਆਪਣੇ ਡਿਪਾਰਟਮੈਂਟ ਦੀ ਵਿਜ਼ਨ ਅੱਗੇ ਕਰਾਂਗੇ ਨਿਰਣੇ ਉਹਨਾਂ ਦਾ। ਭਾਈ, ਇਹ ਤਾਂ ਉਹ ਜਵਾਬ ਦੇ ਸਕਦੇ, ਮੈਂ ਕਿਉਂ ਜਵਾਬ ਦੇਵਾਂ? ਦੇਖੋ ਭਾਈ, ਸਿੱਧੂ ਇਜ਼ ਸਮਵਨ ਹੂ ਹੈਜ਼ ਪਲੇਡ ਆਲਮੋਸਟ 20 ਇਅਰਸ ਆਫ ਇੰਟਰਨੈਸ਼ਨਲ ਕ੍ਰਿਕਟ, ਰਾਈਟ, ਦੈਟ ਇਜ਼ ਹੂ ਸਿੱਧੂ ਇਜ਼, ਨੰਬਰ 1। ਨੰਬਰ 2, ਸਿੱਧੂ ਇਜ਼ ਸਮਵਨ ਹੂਸ ਐਕਚੁਲੀ ਡਨ ਆਲਮੋਸਟ 20 ਇਅਰਸ ਆਫ ਟੈਲੀਵਿਜ਼ਨ, ਇਨਿਊਮਰੇਬਲ ਮੋਟੀਵੇਸ਼ਨਲ ਸ਼ੋਅਸ, ਹੀ ਇਜ਼ ਅ 4-time MP ਐਂਡ ਇਜ਼ ਅ ਮਿਨਿਸਟਰ ਇਨ ਦੀ ਪੰਜਾਬ ਗਵਰਨਮੈਂਟ, ਦੈਟ ਇਜ਼ ਹੂ ਸਿੱਧੂ ਇਜ਼। ਮੈਂ ਕਹਿੰਦਾ ਮੇਰੀ ਗੱਲ ਨੂੰ ਸੁਣ ਭਾਈ, ਮੁਖਾਲਫਤ ਉਸੇ ਦੀ ਹੁੰਦੀ ਹੈ ਜਿਹੜੇ ਪੇੜ ਦੇ ਉੱਤੇ ਫਲ ਲੱਗੇ ਹੁੰਦੇ ਆ, ਰੋੜੇ ਉਸੇ ਨੂੰ ਵੱਜਦੇ ਨਾ। ਅਤੇ ਮੈਂ ਤਾਂ ਕਦੇ ਨਹੀਂ ਕਿਹਾ, ਉਫ ਤੱਕ ਨਹੀਂ ਕੀਤੀ, ਕਦੇ ਨਹੀਂ ਉਫ ਕੀਤੀ। ਫਿਰ ਮੋਝੇ ਮੈਂ ਇੰਨਾ ਕੁ ਤਕੜਾ ਹਾਂ
ਕਿ ਆਪਣੇ ਮੋਢਿਆਂ ਦੇ ਉੱਤੇ ਬਹੁਤ ਚੁੱਕ ਸਕਦਾ ਤੇ ਆਪਣੇ ਭਰਾਵਾਂ ਦੇ ਖਿਲਾਫ ਕਦੇ ਨਹੀਂ ਬੋਲੂੰਗਾ, ਮਰਦੇ ਦਮ ਤੱਕ ਨਹੀਂ ਬੋਲੂੰਗਾ। ਤੁਸੀਂ ਵੱਡਾ ਇੱਕ ਐਲਾਨ ਕੀਤਾ ਸੀ ਕਿ ਜੇਕਰ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ ਤਾਂ ਤੁਸੀਂ ਛੱਡ ਸਕਦੇ ਹੋ। ਮੈਂ ਕਹਿੰਦਾ ਤੂੰ ਜੇ ਤੇ ਹੀ ਅੜਿਆ ਹੋਇਆ ਮਿੱਤਰ ਪਿਆਰੇ, ਜੇ ਮੇਰੀ ਚਾਚੀ ਦੇ ਮੁੱਛਾਂ ਹੁੰਦੀਆਂ ਮੈਨੂੰ ਚਾਚਾ ਨਾ ਕਹਿੰਦਾ। ਮੈਂ ਕਿਹਾ ਮੇਰੀ ਗੱਲ ਨੂੰ ਸੁਣੋ, ਜਿਹੜੀ ਗੱਲ ਦਾ ਮੈਂ ਜਵਾਬ ਦੇਣਾ ਸੀਗਾ ਮੈਂ ਦੇਤਾ, ਠੀਕ ਹੈ। ਫਿਰ ਅੱਗੇ ਸਿਤਾਰੋਂ ਕੇ ਆ ਗਏ ਜਹਾਂ ਔਰ ਵੀ ਹੈ, ਵੀ ਇਸ਼ਕ ਕੇ ਇਮਤਿਹਾਂ ਔਰ ਵੀ, ਖਤਮ ਹੋਈ ਗੱਲ। ਮੈਂ ਉਹਨਾਂ ਗੱਲਾਂ ਦੇ ਵਿੱਚ ਨਹੀਂ ਜਾਣਾ ਜਿਹੜੀਆਂ ਗੱਲਾਂ ਦਾ ਜਵਾਬ ਦੇਣਾ ਸੀਗਾ, ਉਹ ਗੱਲਾਂ ਮੈਂ ਪਹਿਲਾਂ ਵੀ ਕੀਤੀਆਂ ਹੁੰਦੀਆਂ, ਕਿਸੇ ਗੱਲ ਤੋਂ ਮੈਂ ਆਪਣੀ ਇੰਚ ਕਦੇ ਪਿੱਛੇ ਨਹੀਂ ਹਟਿਆ। ਜੇ ਕੋਈ ਗਲਤੀ ਹੋਵੇ ਤੇ 100 ਥਾਵਾਂ ਤੇ ਮੰਨਣ ਨੂੰ ਤਿਆਰ ਹਾਂ, ਪਰ ਮੈਨੂੰ ਨਹੀਂ ਲੱਗਦਾ ਕਿ ਅੱਜ ਤੱਕ ਮੈਂ ਕੋਈ ਇਹੋ ਜਿਹੀ ਗੱਲ ਕੀਤੀ ਹੋਵੇ, ਕਿਸੇ ਦਾ ਨਾਂ ਲੈ ਕੇ ਕੀਤੀ ਹੋਵੇ, ਕਿਸੇ ਨੂੰ ਠੇਸ ਪਹੁੰਚਾਉਣ ਲਈ ਕੀਤੀ ਹੋਵੇ। ਕਾਂਗਰਸ ਦੇ ਕਿਸੇ ਵਰਕਰ ਨੂੰ ਛੱਡੋ, ਹੋਰ ਤੇ ਹੋਰ ਗਾਲਾਂ ਕਢਾ ਦਿੰਦੇ ਮੈਨੂੰ ਖੜਾ ਕੇ ਚੁਰਾਹੇ ਤੇ, ਤੇ ਮੈਂ ਉਹਨਾਂ ਦਾ ਕੀ ਕਰ ਲਿਆ, ਕੀਤਾ ਕੁਛ? ਸੱਤਾ ਆਪਣਿਆਂ ਨਾਲ ਲੜਨ ਲਈ ਨਹੀਂ ਹੁੰਦੀ, ਸੱਤਾ ਵਿਰੋਧੀਆਂ ਦੇ ਲਈ ਹੁੰਦੀ ਹੈ। ਮੈਂ ਬੋਲਣਾ ਪ੍ਰਧਾਨ ਮੰਤਰੀ ਦੇ ਖਿਲਾਫ ਔਰ ਤੱਥ ਤੇ, ਔਰ ਮੈਂ ਬੋਲਣਾ ਸੁੱਖੇ ਗੱਪੀ ਤੇ ਉਹਦੇ ਟੋਲੇ ਦੇ ਖਿਲਾਫ। ਅੱਜ ਵੀ ਅਕਾਲੀ ਦਲ ਨਹੀਂ ਜਿੱਤਿਆ, ਇੱਕ ਪਰਿਵਾਰ ਹੀ ਜਿੱਤਿਆ, ਗੱਲ ਖਤਮ। ਤੇ ਮੈਂ ਉਹਨਾਂ ਦੇ ਖਿਲਾਫ ਹੀ ਬੋਲੂੰਗਾ। ਧੰਨਵਾਦ ਜੀ, ਬਹੁਤ ਬਹੁਤ। ਦੇਖੋ ਮੇਰੀ ਇੱਕ ਗੱਲ ਨੂੰ ਸੁਣੋ, ਇਹਦੇ ਬਾਰੇ ਮੈਂ ਜਿਹੜੇ ਨਿਰਣੇ ਹੁੰਦੇ ਲੋਕਾਂ ਦੇ, ਜਿਹੜੇ ਫੈਸਲੇ ਹੁੰਦੇ ਆ, ਉਹਦੇ ਅੱਗੇ ਸਭ ਨੂੰ ਅਭਿਵਾਦਨ ਕਰਨਾ ਪੈਂਦਾ, ਸਮਝ ਨਹੀਂ? ਤੇ ਉਹ ਮੈਂ ਬੜੀ ਦੇਰ ਪਹਿਲਾਂ ਕਹਿ ਚੁੱਕਿਆ, ਧਾਈ ਦੇ ਚੁੱਕਿਆ। ਥੈਂਕ ਯੂ।